ਹਾਂਜੀ, ਸੋ ਸਮ ਨੰਬਰ 100 ਦੇਖੋ, ਜੇਕਰ 200 ਮੀਟਰ ਦੀ ਦੂਰੀ, ਡਿਸਟੈਂਸ ਕਿੰਨਾ 200 ਮੀਟਰ, ਅਤੇ ਟਾਈਮ ਕਿੰਨਾ 20 ਸੈਕਿੰਡ ਹੈ, ਤਾਂ ਸਪੀਡ ਫਾਇੰਡ ਕਰਨੀ ਆਪਾਂ, ਠੀਕ ਹੈ। ਸਪੀਡ ਆਪਾਂ ਕੀ ਹੈ ਫਾਇੰਡ ਕਰਨੀ ਹੈ, ਅਤੇ ਸਪੀਡ ਦਾ ਫੋਰਮੂਲਾ ਕੀ ਬਣ ਜੂ ਆਪਣੇ ਕੋਲ, ਡਿਸਟੈਂਸ ਬਾਏ ਟਾਈਮ ਮੀਟਰ ਪਰ ਸੈਕਿੰਡ, ਠੀਕ ਹੈ। ਕਿਉਂਕਿ ਮੀਟਰ ਦੇ ਨਾਲ ਜਦੋਂ ਡਿਸਟੈਂਸ ਆਪਣਾ ਮੀਟਰ 'ਚ ਹੋਵੇ ਨਾ, ਟਾਈਮ ਹਮੇਸ਼ਾ ਕੀ ਹੈ ਸੈਕਿੰਡ ਵਿੱਚ ਹੋਊਗਾ, ਠੀਕ ਹੈ। ਜੇਕਰ ਡਿਸਟੈਂਸ ਆਪਣਾ ਕਿਲੋਮੀਟਰ 'ਚ, ਟਾਈਮ ਹਮੇਸ਼ਾ ਆਰ 'ਚ ਹੋਊਗਾ। ਇਹ ਦੋ ਗੱਲਾਂ ਦਿਮਾਗ 'ਚ ਫਿੱਟ ਕਰ ਲਓ। ਓਕੇ, ਸੋ ਡਿਸਟੈਂਸ ਕਿੰਨਾ 200 ਹੈ, ਟਾਈਮ ਕਿੰਨਾ 20 ਹੈ, ਸੋ ਘੱਟ ਤੋਂ ਘੱਟ 10 ਮੀਟਰ ਪਰ ਸੈਕਿੰਡ, ਠੀਕ। ਪਰ ਆਪਸ਼ਨ ਦੇਖੋ ਧਿਆਨ ਦੇ ਨਾਲ, ਮੀਟਰ ਪਰ ਸੈਕਿੰਡ ਵਾਲੀ ਕੋਈ ਆਪਸ਼ਨ ਹੀ ਹੈ ਨਹੀਂ। ਸੋ ਇੱਕ ਫੋਰਮੂਲਾ ਹੋਰ ਸਮਝੋ, ਜਦੋਂ ਮੀਟਰ ਪਰ ਸੈਕਿੰਡ ਨੂੰ ਆਪਾਂ ਕਿਲੋਮੀਟਰ ਵਿੱਚ ਚੇਂਜ ਕਰਨਾ ਹੈ, ਕਿਲੋਮੀਟਰ ਪਰ ਆਵਰ ਵਿੱਚ, ਅਤੇ ਕਿਲੋਮੀਟਰ ਪਰ ਆਵਰ ਨੂੰ ਜਦੋਂ ਆਪਾਂ ਮੀਟਰ ਪਰ ਸੈਕਿੰਡ ਵਿੱਚ ਚੇਂਜ ਕਰਨਾ ਹੈ, ਫੋਰਮੂਲਾ ਕੀ ਬਣ ਜੂ ਆਪਣਾ, ਮੀਟਰ ਪਰ ਸੈਕਿੰਡ ਨੂੰ ਜਦੋਂ ਕਿਲੋਮੀਟਰ ਵਿੱਚ ਚੇਂਜ ਕਰਨਾ ਹੈ, ਉਦੋਂ ਮਲਟੀਪਲਾਈ ਕਰਾਂਗੇ ਆਪਾਂ ਇਹਦੀ 18/5 ਦੇ ਨਾਲ, ਠੀਕ। ਅਤੇ ਕਿਲੋਮੀਟਰ ਦੀ ਕਰਾਂਗੇ ਆਪਾਂ ਜਦੋਂ ਮਲਟੀਪਲੀ 5/18 ਦੇ ਨਾਲ, ਉਹ ਬਣ ਜੂ ਆਪਣਾ ਮੀਟਰ ਪਰ ਸੈਕਿੰਡ ਬਣ ਜੂ। ਹੁਣ ਦੇਖੋ ਇਹਨੂੰ ਬਦਲਣਾ, 10 ਮੀਟਰ ਨੂੰ ਕਿਲੋਮੀਟਰ 'ਚ, ਸੋ 10 ਦੀ ਮਲਟੀਪਲੀ ਕਰਾਂਗੇ ਆਪਾਂ ਬਾਈ 18/5 ਦੇ ਨਾਲ, ਇਹ 2 ਹੋ ਗਿਆ, 36 ਕਿਲੋਮੀਟਰ ਪਰ ਔਰ ਬਣ ਜੂ, ਕਿਲੋਮੀਟਰ ਪਰ ਔਰ 36 ਉੱਪਰ ਮਿਲ ਰਿਹਾ ਹੈ ਆਪਸ਼ਨ ਨੰਬਰ ਡੀ ਦੇ ਵਿੱਚ, ਠੀਕ।